ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੈ ਚਿੱਤਰਕਾਰੀ ਸਭ ਤੋਂ ਵੱਡੀ ਚਿੱਤਰਕਾਰ ਕੁਦਰਤ ਹੈ ਧਰਤੀ ਤੇ ਅਸਮਾਨ ਤੇ ਚਿੱਤਰ ਬਣਦੇ ਮਿਟਦੇ ਰਹਿੰਦੇ ਹਨ ਚੰਗਾ ਚਿੱਤਰ ਉਹ ਹੁੰਦਾ ਹੈ ਜਿਹੜਾ ਸਵੇਰੇ ਉੱਠ ਕੇ ਵੇਖਣਾ ਚੰਗਾ ਲੱਗੇ ਮਨੁੱਖ ਦੀ ਕਲਪਨਾ ਚ ਸਾਰੇ ਰੰਗ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਭਾਂਤ ਭਾਂ ਦੇ ਚਿੱਤਰ ਸਿਰਜਦਾ ਤੇ ਵੇਖਦਾ ਰਹਿੰਦਾ ਹੈ ਵਿਗਿਆਨ ਕੋਲ ਮਨ ਨੂੰ ਸਮਝਣ ਦੀ ਵਿਧੀ ਨਹੀਂ ਹੈ ਪਰ ਕਲਾ ਕੋਲ ਹੈ ਕਲਾ ਮਨੁੱਖੀ ਆਤਮਾ ਨੂੰ ਸਵੱਛ ਰੱਖਦੀ ਹੈ ਇਹ ਜੀਵਨ 'ਚ ਸੁੰਦਰਤਾ ਸਿਰਜਦੀ ਸੋਜ ਉਪਜਾਉਂਦੀ ਹੋਈ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀ ਕਲਾ ਦੀ ਅਮੀਰੀ ਸੋਹਣੀਆਂ ਖੁਸ਼ਹਾਲ ਬਹਾਦਰ ਤੇ ਆਜ਼ਾਦ ਕੌਮਾਂ ਚੁੰਦੀ ਹੈ ਤੇ ਇਹ ਅਮੀਰੀ ਆਰਥਿਕ ਸਫਲਤਾ ਮਗਰੋਂ ਸੰਭਵ ਹੁੰਦੀ ਹੈ ਸੋਹਣੇ ਚਿੱਤਰ ਨਜ਼ਰਾਂ ਨੂੰ ਸੁਖ ਦਿੰਦੇ ਹਨ ਬਾਹਰਲੀਆਂ ਚੀਜ਼ਾਂ ਨਾਲ ਜਦੋਂ ਅੰਦਰਲੀ ਨਜ਼ਰ ਰਲ ਜਾਂਦੀ ਹੈ ਤਾਂ ਉਹਨਾਂ ਦਾ ਰੂਪਾਕਾਰ ਬਦਲ ਜਾਂਦਾ ਹੈ ਚਿੱਤਰਕਲਾ ਇੱਕ ਸੂਖਮ ਕਲਾ ਹੈ ਸੰਗੀਤ ਗੀਤ ਨ੍ਰਿਤ ਚਿੱਤਰਕਾਰੀ ਤੇ ਮੂਰਤੀ ਕਲਾਦ ਸਾਰੀਆਂ ਸੂਖਮ ਕਲਾਵਾਂ ਮਨੁੱਖ ਅੰਦਰ ਝਾਕਣ ਤੇ ਮਨੁੱਖੀ ਮਨ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਪ੍ਰਗਟਾਉਣ ਦੇ ਉੱਪਰ ਆਲੇ ਹਨ ਸੰਸਾਰ ਸਮਾਜ ਤੇ ਜੀਵਨ ਵਿੱਚ ਸੁੰਦਰਤਾ ਨੂੰ ਸਿਰਜਣਾ ਮੁਸ਼ਕਿਲ ਬੜਾ ਹੈ ਕੋਝੇ ਪੜ ਨੂੰ ਤਾਂ ਹਰ ਥਾਂ ਹਰ ਕੋਈ ਉਪਜਾਈ ਰਿਹਾ ਹੈ ਚਿੱਤਰਕਾਰੀ ਚ ਵੇਖਿਆ ਨਹੀਂ ਵਿਖਾਇਆ ਗਿਆ ਮੁੱਲਵਾਨ ਹੁੰਦਾ ਜੋ ਸ਼ਬਦਾਂ ਜਾਂ ਧੁਨਾਂ ਚ ਨਹੀਂ ਕਿਹਾ ਜਾ ਸਕਦਾ ਉਸੇ ਦਾ ਚਿੱਤਰ ਬਣਾਉਣ ਦੀ ਲੋੜ ਪੈਂਦੀ ਹੈ ਚਿੱਤਰ ਦ੍ਰਿਸ਼ ਦਾ ਸੰਗੀਤ ਹੁੰਦਾ ਹੈ ਇਸ ਚ ਚੁੱਪ ਦੇ ਰੰਗ ਹੁੰਦੇ ਹਨ ਜਦੋਂ ਚਿੱਤਰ ਮੁਕੰਮਲ ਹੋ ਜਾਂਦਾ ਹੈ ਤਾਂ ਹੀ ਇਹਦਾ ਵਿਸ਼ਾਸ ਸਪਸ਼ਟ ਹੁੰਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਚਿੱਤਰ ਚਿੱਤਰਿਆ ਨਹੀਂ ਜਾਂਦਾ ਭਵਨ ਨਿਰਮਾਣ ਵਾਂਗ ਉਹ ਸਾਰਿਆ ਜਾਂਦਾ ਕੋਈ ਵੀ ਚਿੱਤਰ ਚਿੱਤਰਣ ਤੋਂ ਪਹਿਲਾਂ ਚਿੱਤਰਕਾਰ ਆਪਣੇ ਆਪ ਨੂੰ ਇਕਾਗਰ ਆਪਣੇ ਮਨ ਨੂੰ ਸ਼ਾਂਤ ਆਪਣੀ ਕਲਪਨਾ ਨੂੰ ਬਲਵਾਨ ਤੇ ਆਪਣੇ ਭਾਵਾਂ ਨੂੰ ਇੱਕ ਸੁਰ ਕਰਦਾ ਹੈ ਕਈ ਵਾਰੀ ਚਿੱਤਰਕਾਰ ਦੀ ਮਾਨਸਿਕ ਅਵਸਥਾ ਉਦਾਸ ਹੁੰਦੀ ਹੈ ਪਰ ਉਹ ਸਾਰੀ ਦਿਨ ਚਿੱਤਰ ਸ਼ੋਕ ਤੇ ਖੁਸ਼ਹਾਲ ਹੁੰਦਾ ਹੈ ਸੋ ਜਦ ਤੱਕ ਚਿੱਤਰਕਾਰ ਤੇ ਚਿੱਤਰ ਦੋਵੇਂ ਇੱਕ ਸੁਰ ਨਾ ਹੋਣ ਬੁਰਸ਼ ਹਿਲਦਾ ਨਹੀਂ ਚਿੱਤਰ ਜਾਗਦਾ ਨਹੀਂ ਬੁਰਸ਼ ਨੂੰ ਫੜਨ ਦਾ ਰਾਗ ਛੇੜਨ ਵਾਂਗ ਇੱਕ ਸਲੀਕਾ ਹੁੰਦਾ ਹੈ ਸਧਾਰਨ ਵਿਅਕਤੀ ਆਲੇ ਦੁਆਲੇ ਨੂੰ ਵੇਖਦਾ ਹੀ ਹੈ ਚਿੱਤਰਕਾਰ ਨਿਹਾਰਦਾ ਵੀ ਹੈ ਮਹੱਤਵਪੂਰਨ ਇਹ ਨਹੀਂ ਕਿ ਚਿੱਤਰਕਾਰ ਕੀ ਵੇਖਦਾ ਹੈ ਵੇਖਣ ਵਾਲੀ ਵਸਤ ਕੀ ਹੈ ਮਹੱਤਵਪੂਰਣੀ ਹੈ ਕਿ ਉਸ ਵਸਤ ਵਿੱਚ ਵੇਖਣ ਵਾਲਾ ਕੀ ਹੈ ਤੇ ਵਿਖਾਉਣ ਯੋਗ ਕੀ ਹੈ ਉਹਦੇ ਵੇਖਣ ਵਿਖਾਉਣ ਚ ਨਿਆਰਾਪਣ ਕੀ ਹੈ ਵੇਖਣ ਵਾਲਾ ਕੌਣ ਹੈ ਵੇਖਣ ਦਾ ਢੰਗ ਕੀ ਹੈ ਉਦਾਹਰਣ ਵਜੋਂ ਚਿੱਤਰ ਵਿੱਚ ਇੱਕ ਪੱਥਰ ਦੀ ਵਾਲੇ ਦੁਆਲੇ ਘਾਹ ਬਖਾਇਆ ਗਿਆ ਹੈ ਚਿੱਤਰਕਾਰ ਲਈ ਘਾਹ ਛਿੰਨ ਭੰਗਰਤਾ ਤੇ ਪੱਥਰ ਸਦੀਵਤਾ ਦਾ ਘਾਹ ਨਿਮਰਤਾ ਤੇ ਪੱਥਰ ਕਠੋਰਤਾ ਦਾ ਪ੍ਰਤੀਕ ਹੈ ਚਿੱਤਰਕਾਰ ਵੱਲੋਂ ਘਾਹ ਤੇ ਪੱਥਰ ਨੂੰ ਚਿੱਤਰਨਾ ਦੱਸੇਗਾ ਕਿਉਂ ਨੀ ਕਾ ਨੂੰ ਕਿਹੜਾ ਮਾਣ ਤੇ ਪੱਥਰ ਨੂੰ ਕੀ ਸਤਕਾਰ ਦਿੱਤਾ ਹੈ ਹਰ ਚਿੱਤਰ ਦੇ ਇੱਕ ਜਨਮ ਪੱਤਰੀ ਹੁੰਦੀ ਹੈ ਕਈ ਚਿੱਤਰ ਸਤਮਾਹੀ ਤੇ ਕਈ ਚਿੱਤਰ ਮੰਗਲਿਕ ਹੁੰਦੇ ਹਨ ਕਈ ਚਿੱਤਰ ਅਧੂਰੇ ਮਰ ਜਾਂਦੇ ਹਨ ਹਰੇਕ ਚਿੱਤਰ ਦਾ ਵੱਖਰਾ ਚਰਿੱਤਰ ਤੇ ਪ੍ਰਭਾਵ ਹੁੰਦਾ ਹੈ ਘਰ ਵਿੱਚ ਇੱਕ ਹੀ ਚਿੱਤਰ ਵੱਖ-ਵੱਖ ਥਾਵਾਂ ਤੇ ਵੱਖਰਾ ਪ੍ਰਭਾਵ ਪਾਉਂਦਾ ਹੈ ਕਿਸੇ ਥਾਂ ਤੇ ਚਿੱਤਰ ਘਰ ਦਾ ਜੀ ਲੱਗੇਗਾ ਪਰ ਹੋਰ ਕਿਸੇ ਥਾਂ ਤੇ ਲੱਗੇਗਾ ਕਿ ਚਿੱਤਰ ਦਾ અપਮਾਨ ਕੀਤਾ ਗਿਆ ਹੈ ਚਿੱਤਰਕਲਾ ਰਾਜਿਆਂ ਬਾਦਸ਼ਾਹਾਂ ਦੀ ਸਰਪ੍ਰਸਤੀ ਮੰਨਦੀ ਰਹੀ ਹੈ ਸ਼ਾਹੀ ਘਰਾਣਿਆਂ ਵਿੱਚ ਰਾਜਕੁਮਾਰਾਂ ਰਾਜਕੁਮਾਰੀਆਂ ਤੇ ਰਾਣੀਆਂ ਨੂੰ ਨੱਚਣ ਗਾਉਣ ਦੀ ਆਗਿਆ ਨਹੀਂ ਸੀ ਪਰ ਚਿੱਤਰ ਬਣਾਉਣ ਦੀ ਸੀ ਹਰੇਕ ਚਿੱਤਰਕਾਰ ਦਾ ਆਪਣਾ ਜੀਵਨ ਫਲਸਫਾ ਤੇ ਵਿਸ਼ਵ ਦ੍ਰਿਸ਼ਟੀ ਹੁੰਦੀ ਹੈ ਇਹ ਪੱਖ ਉਹਦੇ ਚਿੱਤਰਾਂ 'ਚ ਸੂਤਰ ਵਾਂਗ ਵਿਦਮਾਨ ਹੁੰਦੇ ਹਨ ਹਰ ਚਿੱਤਰਕਾਰ ਦੀ ਇੱਕ ਤਕਨੀਕ ਹੁੰਦੀ ਹੈ ਜਿਹੜੀ ਉਹਦੇ ਚਿੱਤਰਾਂ 'ਚ ਸਹਿਜ ਰੂਪ 'ਚ ਪਈ ਹੁੰਦੀ ਹੈ ਜਿਹੜੀ ਉਹਦੀ ਪਛਾਣ ਬਣਦੀ ਹੈ ਜੇ ਚਿੱਤਰ ਤੇ ਤਕਨੀਕ 파ਰੂ ਹੋ ਜਾਏ ਤਾਂ ਚਿੱਤਰ ਸੁਭਾਵਕ ਨਹੀਂ ਲੱਗਦਾ ਇਕਾਗਰਤਾ ਦੀ شدت ਨਾਲ ਬੰਦੇ ਅੰਦਰਲੇ ਸਾਰੇ ਰੰਗ ਜਾਗ ਪੈਂਦੇ ਹਨ ਤੇ ਅੰਦਰਲੀ ਅੱਖਾਂ ਖੁੱਲ ਜਾਂਦੀਆਂ ਹਨ ਕਲਾਕਾਰ ਦੀ ਕਲਾ ਇਸ ਯੋਗਤਾ 'ਚ ਹੁੰਦੀ ਹੈ ਕਿ ਉਹ ਚਿੱਤਰ ਦੇ ਵੱਖਰੇ ਵੱਖਰੇ ਅੰਗਾਂ 'ਚੋਂ ਸਮੁੱੱਚ ਨੂੰ ਸਾਰੇ ਇਹ ਕਾਰਜ ਸੌਖਾ ਨਹੀਂ ਹੁੰਦਾ ਇਸੇ ਕਰਕੇ ਚਿੱਤਰਕਾਰਾਂ ਦੇ ਬਹੁਤੇ ਚਿੱਤਰ ਲੰਮਾ ਅਰਸਾ ਦੂਰੇ ਪਏ ਰਹਿੰਦੇ ਹਨ ਜਿਹੜੇ ਅਧੂਰੇ ਹੋਣ ਕਾਰਨ ਚਿੱਤਰਕਾਰ ਨੂੰ ਸੌਣ ਨਹੀਂ ਦਿੰਦੇ ਚਿੱਤਰਕਾਰ ਜਦੋਂ ਕਿਸੇ ਇਸਤਰੀ ਨੂੰ ਸਾਹਮਣੇ ਬਿਠਾ ਕੇ ਚਿੱਤਰ ਬਣਾਉਂਦਾ ਹੈ ਤਾਂ ਆਪਣੇ ਚਿੱਤਰ ਵਿੱਚਲੀ ਔਰਤ ਨੂੰ ਇਸ਼ਕ ਕਰਨ ਲੱਗ ਪੈਂਦਾ ਹੈ ਅਕਸਰ ਇਸ਼ਕ ਚਿੱਤਰ ਨੂੰ ਪੂਰਾ ਹੀ ਨਹੀਂ ਹੋਣ ਦਿੰਦਾ ਤੇ ਜੇ ਚਿੱਤਰ ਪੂਰਾ ਹੋ ਜਾਏ ਤਾਂ ਇਸ਼ਕ ਖਬਰਾ ਜਾਂਦਾ ਹੈ ਜਦੋਂ ਚਿੱਤਰਕਾਰ ਤੇ ਉਹਦੀ ਕਲਾ ਦੋ ਵੱਖ-ਵੱਖ ਰਫਤਾਰਾਂ ਤੇ ਦਿਸ਼ਾਵਾਂ 'ਚ ਚੱਲਦੀ ਹੈ ਤਾਂ ਚਿੱਤਰਕਾਰ ਪਰੇਸ਼ਾਨ ਹੋ ਜਾਂਦਾ ਹੈ ਕਈ ਵਾਰੀ ਕਿਸੇ ਵਿਸ਼ੇ ਨੂੰ ਚਿੱਤਰਦਿਆਂ ਕਲਾਕਾਰ ਵਿੱਚੋਂ ਸਾਰੀ ਊਰਜਾ ਹੀ ਮੁੱਕ ਜਾਂਦੀ ਹੈ ਉਹ ਆਪਣੇ ਆਪ ਨੂੰ ਨਿਪੰਸਕ ਮਹਿਸੂਸ ਕਰਦਾ ਹੈ ਕਾਮ ਨੂੰ ਕੁਚਲਣ ਵਾਲਾ ਸੰਤ ਜਾਂ ਸੰਿਆਸੀ ਤਾਂ ਹੋ ਸਕਦਾ ਪਰ ਕਲਾਕਾਰ ਨਹੀਂ ਹੋ ਸਕਦਾ ਕਲਾਕਾਰ ਦੀ ਕਲਾ ਨੂੰ ਉਭਾਰਦੀ ਹੀ ਕਾਮ ਦੀ ਸ਼ਕਤੀ ਹੈ ਜਿੰਨਾ ਕੋਈ ਕਲਾਕਾਰ ਵਧੇਰੇ ਸਿਰਜਣਾਤਮਕ ਹੋਏਗਾ ਉਨਾ ਹੀ ਉਹ ਵਧੇਰੇ ਕਾਮੀ ਹੋਏਗਾ ਤੇ ਵੱਧ ਇਸਤਰੀਆਂ ਦੇ ਸੰਪਰਕ ਚਾਏਗਾ ਅਜੋਕੇ ਕਲਾਕਾਰਾਂ ਦੇ ਮਾਨਸਿਕ ਅੰਤਰ ਵਿਰੋਧਾਂ ਨੂੰ ਸਮਝਣਾ ਸੁਖਾਲਾ ਨਹੀਂ ਇਸੇ ਕਰਕੇ ਅਜੋਕੇ ਚਿੱਤਰਕਾਰੀ ਗੁੰਜਲਦਾਰ ਇਕ ਚਿੱਤਰ ਵਿੱਚ ਖਾਣ ਲਈ ਇੱਕ ਮੇਜ਼ ਦੁਆਲੇ ਬੈਠੇ ਲੋਕਾਂ ਦੀਆਂ ਸ਼ਕਲਾਂ ਮਨੁੱਖਾਂ ਵਾਲੀਆਂ ਸਨ ਪਰ ਕੰਧ ਉੱਤੇ ਪੈਣ ਵਾਲੇ ਉਹਨਾਂ ਦੇ ਪਰਛਾਵੇਂ ਪਸ਼ੂਆਂ ਵਾਲੇ ਸਨ ਇੱਕ ਚਿੱਤਰਕਾਰ ਨੇ ਸਮੇਂ ਦਾ ਚਿੱਤਰ ਬਣਾਇਆ ਸੀ ਜਿਸ 'ਚ ਯੂਨਾਨੀ ਥੰਮਾ ਰਹੀਂ ਯੂਨਾਨੀ ਸਭਿਅਤਾ ਤੇ ਕਲਾ ਦੀ ਸਿਖਰ ਦੇ ਨਾਲ ਇਹ ਵੀ ਦਰਸਾਇਆ ਸੀ ਕਿ ਸਭ ਕੁਝ ਡਿੱਗ ਚੁੱਕਿਆ ਸੀ ਇੱਕ ਚਿੱਤਰ 'ਚ ਇੱਕ ਵਿਅਕਤੀ ਇਸ ਕਰਕੇ ਡਰ ਰਿਹਾ ਸੀ ਕਿਉਂਕਿ ਉਸ ਕੋਲ ਆਪਣੀ ਰੱਖਿਆ ਲਈ ਬੜਾ ਸ਼ਕਤੀਸ਼ਾਲੀ ਹਥਿਆਰ ਸੀ ਚਿੱਤਰਕਾਰੀ ਜ਼ਿੰਦਗੀ ਚ ਮਨੁੱਖ ਦੀਆਂ ਹਾਰਾਂ ਜਿੱਤਾਂ ਨੂੰ ਪੇਸ਼ ਕਰਦੀ ਹੈ। ਇੱਕ ਚਿੱਤਰ ਚ ਮਨੁੱਖ ਨੂੰ ਗੁੰਮ ਹੋਈ ਵਸਤ ਬਣਾ ਕੇ ਵਿਖਾਇਆ ਗਿਆ ਸੀ। ਭਾਂਤ ਭਾਂਦੀਆਂ ਸਮੱਸਿਆਵਾਂ ਵਿੱਚ ਘਿਰੇ ਅਜੁਕੇ ਮਨੁੱਖ ਜਾਂ ਜੋਕੇ ਚਿੱਤਰਕਾਰ ਨੂੰ ਸਮਝਣਾ ਸੁਖਾਲਾ ਨਹੀਂ। ਇਸੇ ਲਈ ਅਜੁਕੇ ਚਿੱਤਰਕਾਰੀ ਨੂੰ ਸਮਝਣਾ ਆਮ ਆਦਮੀ ਦੇ ਵਾਸਤੇ ਗੱਲ ਨਹੀਂ ਰਹੀ। ਇਹੀ ਕਾਰਨ ਹੈ ਇਹ ਕਲਾ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇੱਕ ਚਿੱਤਰ ਚ ਬੁੱਧ ਬੰਦ ਅੱਖਾਂ ਨਾਲ ਸੰਸਾਰ ਨੂੰ ਵੇਖ ਰਿਹਾ ਸੀ ਇੱਕ ਅਸਮਾਨ ਪੰਛੀਆਂ ਦੀ ਪਰਵਾਜ਼ ਨੂੰ ਦੇਖ ਰਿਹਾ ਸੀ ਜੋ ਸਪਸ਼ਟ ਹੁੰਦਾ ਹੈ ਉਹ ਚਿੱਤਰਕਾਰ ਨੂੰ ਪਰਵਾਹ ਨਹੀਂ ਹੁੰਦਾ ਚਿੱਤਰਾਂ ਦੇ ਨਾਂ ਬੜੇ ਦਿਲਚਸਪ ਹੁੰਦੇ ਹਨ ਬੁਝਾਰਤਾਂ ਵਰਗੇ ਇੱਕ ਅਮਰੀਕਨ ਚਿੱਤਰਕਾਰ ਆਪਣੇ ਇੱਕ ਚਿੱਤਰ ਤੇ 20 ਸਾਲ ਕੰਮ ਕਰਦਾ ਰਿਹਾ ਉਹਨੇ ਚਿੱਤਰ ਨੂੰ ਸੰਸਾਰ ਯਾਤਰਾ ਦਾ ਨਾਂ ਦਿੱਤਾ ਸਾਜ਼ ਦੀ ਇੱਕ ਤਾਰ ਵਾਲੇ ਚਿੱਤਰ ਨੂੰ ਨਾਂ ਦਿੱਤਾ ਗਿਆ ਸੀ ਔਰਤ ਚਿੱਤਰ ਵਿੱਚ ਔਰਤ ਦੇ ਨੈਣ ਨਕਸ਼ ਬਣਾਉਣੇ ਬੜੇ ਸੌਖੇ ਹੁੰਦੇ ਆ ਪਰ ਚਿੱਤਰੇ ਹੋਏ ਮੱਥੇ ਵਿੱਚ ਸੋਚ ਭਰਨ ਚ ਕਈ ਸਾਲ ਲੱਗ ਜਾਂਦੇ ਆ ਹਰ ਚਿੱਤਰਕਾਰ ਦੇ ਕੁਝ ਨਿੱਜੀ ਰੰਗ ਹੁੰਦੇ ਹਨ ਅਤੇ ਕੋਈ ਇੱਕ ਲਾਡਲਾ ਰੰਗ ਵੀ ਹੁੰਦਾ ਜਿਨ੍ਹਾਂ ਰੰਗਾਂ ਨਾਲ ਚਿੱਤਰਕਾਰ ਸਹਿਜ ਹੋ ਜਾਂਦਾ ਉਹ ਰੰਗ ਉਹਦੀ ਨਿੱਜੀ ਪਛਾਣ ਹੋ ਨਿਭੜਦੇ ਹਨ ਕਿਧਰੇ ਕਿਧਰੇ ਕਲਾਕਾਰ ਦੀ ਕਲਪਨਾ ਤੇ ਉਹਦੇ ਰੰਗ ਟਕਰੌਂਦੇ ਵੀ ਹਨ ਇਹ ਟਕਰਾਓ ਚਿੱਤਰਕਾਰ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਕਿਉਂਕਿ ਕਿਆਸਿਆ ਹੋਇਆ ਸੰਤੁਲਨ ਤੇ ਗਹਿਰਾਈ ਨਹੀਂ ਉਪਜਦੀ ਚਿੱਤਰਕਾਰੀ 'ਚ ਰੰਗਾਂ ਨੂੰ ਵਰਤਨ ਦੀ ਉਵੇਂ ਹੀ ਖੁੱਲ ਹੁੰਦੀ ਹੈ ਜਿਵੇਂ ਕਵਿਤਾ 'ਚ ਸ਼ਬਦਾਂ ਨੂੰ ਵਰਤਨ ਦੀ ਚਿੱਤਰਕਾਰੀ ਰੰਗਾਂ ਤੇ ਪ੍ਰਤੀਕਾਂ ਦੀ ਕਲਾ ਹੈ ਹਲਕੇ ਰੰਗ ਮਨਮੋਹਕ ਤੇ ਠੰਡੇ ਹੁੰਦੇ ਹਨ ਜਦਕਿ ਗੂੜੇ ਰੰਗ ਡੂੰਘੇ ਤੇ ਸ਼ਿੱਦਤਪਰੇ ਹੁੰਦੇ ਹਨ ਇਸ ਖੇਤਰ 'ਚ ਰੰਗਾਂ ਦੀ ਬੋਲੀ ਤੇ ਡਰਾਇੰਗ ਦੀ ਕਲਾ ਸਿੱਖਣ ਦੀ ਲੋੜ ਪੈਂਦੀ ਹੈ ਚਿੱਤਰਕਾਰੀ ਦੀ ਸਾਹਿਤ ਦੇ ਮੁਕਾਬਲੇ ਸੰਗੀਤ ਨਾਲ ਨੇੜਤਾ ਵਧੇ ਰਹੀ ਹੈ ਰੰਗਾਂ 'ਚ ਵੀ ਸੁਰ ਤੇ ਲਏ ਹੁੰਦੀ ਹੈ ਅਕਸਰ ਚਿੱਤਰਕਾਰ ਚਿੱਤਰਾਂ ਦੀ ਲੜੀ ਚਿੱਤਰਦੇ ਹਨ ਹਰ ਚਿੱਤਰ ਨਵੇਂ ਚਿੱਤਰ ਲਈ ਪ੍ਰੇਰਨਾ ਬਣ ਜਾਂਦਾ ਹੈ ਵੱਖ-ਵੱਖ ਵਿਸ਼ਿਆਂ ਨੂੰ ਚਿਤ੍ਰਨ ਕਰਨ ਹਰ ਚਿੱਤਰਕਾਰ ਦੀ ਚਿੱਤਰਕਲਾ ਦੀ ਬਨਗੀ ਦਾ ਪਤਾ ਲੱਗਦਾ ਹੈ ਇੱਕ ਚਿੱਤਰਕਾਰ ਗੂੜੇ ਰੰਗਾਂ ਵਾਲੇ ਕੇਵਲ ਘੋੜੇ ਚਿੱਤਰਦਾ ਸੀ ਇੱਕ ਚਿੱਤਰਕਾਰ ਕੂਲੇ ਰੰਗਾਂ ਵਾਲੇ ਕੇਵਲ ਇਸਤਰੀ ਚਿਹਰੇ ਚਿੱਤਰਦਾ ਸੀ ਕੂਲੇ ਤੇ ਪਧਰੇ ਰੰਗ ਸਥਿਰਤਾ ਤੇ ਟਿਕਾਊ ਦਾ ਪ੍ਰਭਾਵ ਸਿਰਜਦੇ ਹਨ ਜਦਕਿ ਹਰਕਤ ਜਾਂ ਰਫਤਾਰ ਵਖੌਣ ਲਈ ਵੱਖਰੇ ਰੰਗ ਵਰਤੇ ਜਾਂਦੇ ਹਨ ਚਿੱਤਰਕਾਰ ਚਿੱਤਰ ਚ ਫੁੱਲ ਨਹੀਂ ਉਗਾਉਂਦਾ ਉਹ ਰੰਗ ਲਾਉਂਦਾ ਹਵਾ ਚ ਝੂਮਦਾ ਤੇ ਹਨੇਰੀ ਨਾਲ ਜੂਝਦਾ ਦਰਖਤ ਵੀ ਰੰਗਾਂ ਨਾਲ ਉਸਾਰਿਆ ਜਾਂਦਾ ਹੈ ਚਿੱਤਰਕਾਰ ਸੋਚਦਾ ਹੀ ਰੰਗਾਂ ਨਾਲ ਹੈ ਰੰਗ ਚਿੱਤਰਕਾਰ ਦਾ ਪਰਿਵਾਰ ਹੁੰਦੇ ਹਨ ਇੱਕ ਵਾਰੀ ਚਿੱਤਰਕਾਰ ਦੀ ਪ੍ਰੇਮਿਕਾ ਨੇ ਉਹਨੂੰ ਆਵਾਜ਼ ਮਾਰੀ ਤੇ ਉਹ ਸੱਬੇ ਰੰਗ ਛੱਡ ਕੇ ਪਹੁੰਚਿਆ ਇਕ ਚਿੱਤਰਕਾਰ ਬਿਮਾਰ ਪੈ ਗਿਆ ਡਾਕਟਰ ਨੇ ਕਿਹਾ ਇਹਨੂੰ ਰੰਗ ਸੁੰਗਾਓ ਚਿੱਤਰ ਵਿਚਲੀ ਰੋਸ਼ਨੀ ਰੰਗਾਂ ਨੂੰ ਚਰਿੱਤਰ ਪ੍ਰਦਾਨ ਕਰਦੀ ਹੈ ਜਦੋਂ ਤੱਕ ਚਿੱਤਰ ਚਿੱਤਰਕਾਰ ਸਾਹਮਣੇ ਰਹਿੰਦਾ ਹੈ ਉਹ ਉਸ ਵਿੱਚ ਨਿਰੰਤਰ ਤਬਦੀਲੀਆਂ ਕਰਦਾ ਰਹਿੰਦਾ ਹੈ ਟਿਸ਼ੀਅਨ ਨੇ ਇੱਕ ਚਿੱਤਰ 7 ਸਾਲ ਜਪੂਰਾ ਕੀਤਾ ਲਿਓਨਾਰਡੋ ਮੋਨਾਲੀਜ਼ਾ ਦੇ ਚਿੱਤਰ ਵਿੱਚ 15 ਸਾਲ ਤਬਦੀਲੀਆਂ ਕਰਦਾ ਰਿਹਾ ਇਹ ਚਿੱਤਰ ਚਿੱਤਰਨ ਤੋਂ ਪਹਿਲਾਂ ਉਹਨੇ ਸਰੀਰਕ ਵਿਗਿਆਨ ਦਾ ਗਿਆਨ ਪ੍ਰਾਪਤ ਕਰਨ ਲਈ 30 ਮੁਰਦਾ ਸਰੀਰਾਂ ਦੀ ਚੀਰ-ਫਾੜ ਕੀਤੀ ਸੀ। ਪ੍ਰਸਿੱਧ ਚਿੱਤਰਕਾਰ ਸ਼ੋਭਾ ਸਿੰਘ ਨੂੰ ਇੱਕ ਗੁਰੂ ਸਾਹਿਬ ਦਾ ਚਿੱਤਰ ਪੂਰਾ ਕਰਨ 'ਚ 7-8 ਸਾਲ ਲੱਗੇ ਸਨ। ਹਰੇਕ ਚਿੱਤਰਕਾਰ ਨੂੰ ਆਪਣੀ ਨਵੇਕਲੀ ਸ਼ੈਲੀ ਉਸਾਰਨ ਵਿੱਚ ਦਹਾਕੇ ਲੱਗ ਜਾਂਦੇ ਹਨ। ਸ਼ੋਭਾ ਸਿੰਘ ਦੇ ਸਿੱਖ ਗੁਰੂਆਂ ਦੇ ਚਿੱਤਰ ਤੇ ਰਾਜਾ ਰਵੀ ਵਰਮਾ ਦੇ Hindu ਦੇਵੀ-ਦੇਵਤਿਆਂ ਦੇ ਚਿੱਤਰ ਉਨ੍ਹਾਂ ਦੀ ਪਛਾਣ ਬਣੀ ਹਨ ਅਮ੍ਰਿਤਾ ਸ਼ੇਰਗਿੱਲ ਸਾਡੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਚਿੱਤਰਕਾਰਾ ਹੈ ਧੰਨਵਾਦ